पत मौली चढ़िया बसंत बनस्पत मौली चढ़िया बसंत मौली चढ़िया बसंत बनस्पत मौली चढ़िया बसंत बनस्पत मौली चढ़िया बसंत एहु मन मौलिया सतगुर संग एहु मन मौलिया सतगुर संग बनस्पत मौली चढ़िया बसंत बनस्पत मौली चढ़िया बसंत तुम साच त्यावो मुग्ध मना 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 ता सुख पावो मेरे मना ता सुख पावो मेरे मना मेरे मना बनस्पत मौली चढ़िया बसंत बनस्पत मौली चढ़िया बसंत एहु मन मौलिया सतगुर संग एहु मन मौलिया सतगुर संग बनस्पत मौली चढ़िया बसंत बनस्पत मौली चढ़िया बसंत इत मन मौलिए पयानंद इत मन मौलिए अमृत फल पाया नाम गोविंद अमृत फल पाया नाम गोविंद एको एक सब आँख बखाने एको एक सब आँख बखाने हुकम बूझे ता एको जाने हुकम बूझे ता एको जाने बनस्पत मौली चढ़िया बसंत बनस्पत मौली चढ़िया बसंत एहु मन मौलिया सतगुर संग एहु मन मौलिया सतगुर संग बनस्पत मौली चढ़िया बसंत बनस्पत मौली चढ़िया बसंत कहत नानक हूँ मैं कहे ना कोई कहत नानक हूँ मैं कहे ना कोई कहत नानक कहत नानक कहत नानक कहे
कहत नानक कहत नानक हो मैं कहे ना को कहत नानक हो मैं कहे ना को आखण वेखण सब साहिब ते होए आखण वेखण सब साहिब ते होए साहिब ते होए बनस्पत मौली चढ़िया बसंत बनस्पत मौली चढ़िया बसंत एहो मन मौलिया सतगुर संग एहो मन मौलिया सतगुर संग बनस्पत मौली चढ़िया बसंत बनस्पत मौली बनस्पत मौली बनस्पत मौली चढ़िया बसंत ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਰਵਨ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੇ 40 ਅੰਕ ਤੇ ਆਪ ਜੀ ਬਖਸ਼ਿਸ਼ ਕਰ ਰਹੇ ਹਨ ਧੰਨ ਵਡਭਾਗੀ ਵਡਭਾਗੀਆ ਜੋ ਆਏ ਮਿਲੇ ਗੁਰਪਾਸ ਉਹ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੀ ਸ਼ਰਨ ਪ੍ਰਾਪਤ ਹੁੰਦੀ ਹੈ ਗੁਰੂ ਦੀ ਗੋਤ ਪ੍ਰਾਪਤ ਹੁੰਦੀ ਹੈ ਕਿਉਂਕਿ ਸ਼ਰਨ ਵਿੱਚ ਆ ਕੇ ਹੀ ਉਹ ਚੀਜ਼ਾਂ ਮਿਲਦੀਆਂ ਹਨ ਜਿਸ ਪਿੱਛੇ ਸੰਸਾਰ ਭਟਕ ਰਿਹਾ ਹੈ ਔਰ ਇਹ ਬਖਸ਼ਿਸ਼ ਹਾਜ਼ਰ ਸਤਿਗੁਰੂ ਜੀ ਕਰ ਚੁੱਕੇ ਹਨ ਬਾਣੀ ਰਾਹੀਂ ਸਾਨੂੰ ਸਮਝਾ ਚੁੱਕੇ ਹਨ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੇ ਕੌਣ ਐਸਾ ਹੈ ਜਿਹੜਾ ਚਾਹੁੰਦਾ ਹੈ ਕਿ ਮੇਰੇ ਜੀਵਨ ਵਿੱਚ ਚਿੰਤਾਵਾਂ ਦਾ ਅੰਤ ਨਾ ਹੋਏ ਪਰ ਉਸ ਵਾਸਤੇ ਤੈਨੂੰ ਗੁਰੂ ਦੀ ਸ਼ਰਨ ਆਉਣਾ ਪਏਗਾ ਤਾਂ ਹੀ ਮੇਰੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੱਡੇ ਭਾਗਾਂ ਵਾਲੇ ਉਹ ਗੁਰਸਿੱਖ ਹਨ ਜੋ ਗੁਰੂ ਚਰਨਾਂ 'ਚ ਆ ਕੇ ਬੈਠਦੇ ਹਨ ਨਾਮ ਜਪਦੇ ਹਨ ਅਤੇ ਨਾਲ ਇਸ ਜੇਬਾ ਦੇ ਨਾਲ ਉਸਦੀ ਸਿਫਤ ਸਲਾਹ ਕਰਦੇ ਹਨ ਸ਼ਬਦ ਦੇ ਦੋ ਪਹਿਲੂ ਸਤਿਗੁਰਾਂ ਨੇ ਇਸੇ ਦੱਸੇ ਹਨ ਇੱਕ ਉਹ ਜਿਨ੍ਹਾਂ ਨੂੰ ਸਤਿਗੁਰੂ ਮਿਲ ਗਿਆ ਹੈ ਅਤੇ ਇੱਕ ਉਹ ਜਿਨ੍ਹਾਂ ਨੂੰ ਸਤਿਗੁਰੂ ਨਹੀਂ ਮਿਲਿਆ ਹੈ ਉਹਨਾਂ ਦੀ ਕੀ ਗਤੀ ਹੁੰਦੀ ਹੈ ਆਓ ਨਾਲ ਪੜ੍ਹੀਏ ਅਤੇ ਨਾਲ ਵਿਚਾਰ ਰੱਖੀਏ ਧੰਨ ਵੱਡ ਭਾਗੀ ਵੱਡ ਭਾਗੀਆ ਜੋ ਆਏ ਮਿਲੇ ਗੁਰਪਾਸ ਤਨ ਵੱਡ ਪਾਕੀ ਵੱਡ ਪਾਗਿਆ ਜੋ ਆਏ ਮਿਲੇ ਗੁਰਪਾਸ ਜੋ ਆਏ ਮਿਲੇ ਗੁਰਪਾਸ ਜੋ ਆਏ ਮਿਲੇ ਗੁਰਪਾਸ ਤਨ ਵੱਡ ਪਾਕੀ ਵੱਡ ਪਾਗਿਆ ਜੋ ਆਏ ਮਿਲੇ ਗੁਰਪਾਸ ਤਨ ਵੱਡ ਪਾਕੀ ਵੱਡ ਪਾਗਿਆ ਜੋ ਆਏ ਮਿਲੇ ਗੁਰਪਾਸ ਜੋ ਆਏ ਮਿਲੇ ਗੁਰਪਾਸ ਆਏ ਮਿਲੇ ਗੁਰਪਾਸ ਜੋ ਆਏ ਮਿਲੇ ਗੁਰਪਾਸ ਆਏ ਮਿਲੇ ਗੁਰਪਾਸ ਜੋ ਆਏ ਮਿਲੇ ਗੁਰਪਾਸ ਜੋ ਆਏ ਮਿਲੇ ਗੁਰਪਾਸ
ਧਨ ਵੱਡ ਪਾਕੀ ਵੱਡ ਪਾ ਗਿਆ ਜੋ ਆਏ ਮਿਲੇ ਗੁਰ ਪਾਸ ਧਨ ਵੱਡ ਪਾਕੀ ਵੱਡ ਪਾ ਗਿਆ ਜੋ ਆਏ ਮਿਲੇ ਗੁਰ ਪਾਸ ਜਿਹੜੇ ਆਉਂਦੇ ਹਨ ਉਹਨਾਂ ਨੂੰ ਮਿਲਦਾ ਕੀ ਹੈ ਨਾਮ ਅਮੋਲਕ ਰਤਨ ਹੈ ਨਾਮ ਅਮੋਲਕ ਰਤਨ ਹੈ ਪੂਰੇ ਸਤ ਗੁਰ ਪਾਸ ਪੂਰੇ ਸਤ ਗੁਰ ਪੂਰੇ ਸਤ ਗੁਰ ਪਾਸ ਪੂਰੇ ਸਤ ਗੁਰ ਪਾਸ ਸਤ ਗੁਰ ਸੇਵੇਂ ਲੱਗਿਆ ਸਤ ਗੁਰ ਸੇਵੇਂ ਲੱਗਿਆ ਸਤ ਗੁਰ ਸੇਵੇਂ ਲੱਗਿਆ ਕੱਢ ਰਤਨ ਦੇਵੇ ਪਰਗਾਸ ਕਰ ਰਤਨ ਦੇਵੇ ਪਰਗਾਸ ਧਨ ਵੱਡ ਪਾਕੀ ਵੱਡ ਪਾ ਗਿਆ ਜੋ ਆਏ ਮਿਲੇ ਗੁਰ ਪਾਸ ਪੜੋ ਸਾਰੇ ਧਨ ਵੱਡ ਪਾਕੀ ਵੱਡ ਪਾ ਗਿਆ ਜੋ ਆਏ ਮਿਲੇ ਗੁਰ ਪਾਸ ਨਾਮ ਮਿਲੇ ਮਨ ਤ੍ਰਿਪਤੀਏ ਨਾਮ ਮਨ ਤ੍ਰਿਪਤੀਏ ਬਿਨ ਨਾਮੇ ਤ੍ਰਿਗ ਜੀਵਾਸ ਬਿਨ ਨਾਮੇ ਤ੍ਰਿਗ ਜੀਵਾਸ ਕੋਈ ਗੁਰਮੁਖ ਸਜਣ ਜੇ ਮਿਲੇ ਕੋਈ ਗੁਰਮੁਖ ਮੈਂ ਦੱਸੇ ਪ੍ਰਭ ਗੁਣ ਤਾਸ ਹੋ ਤਿਸ ਵੀਟੋਂ ਚੌਖਨੀ ਹੋ ਤਿਸ ਵੀਟੋਂ ਚੌਖਨੀ ਮੈਂ ਨਾਮ ਕਰੇ ਪਰਗਾਸ ਮੈਂ ਨਾਮ ਕਰੇ ਪਰਗਾਸ ਧਨ ਵੱਡ ਪਾਕੀ ਵੱਡ ਪਾਕਿਆ ਜੋ ਆਏ ਮਿਲੇ ਗੁਰ ਪਾਸ ਧਨ ਵੱਡ ਪਾਕੀ ਵੱਡ ਪਾ ਗਿਆ ਜੋ ਆਏ ਮਿਲੇ ਗੁਰ ਪਾਸ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਤਨ ਤਨ ਸਤਿਗੁਰ ਸੇਵਾ ਰਾਮ ਜੀ ਸਤਿਗੁਰ ਸੇਵਾ ਮੇਰੇ ਪ੍ਰੀਤ
ਪ੍ਰੀਤਮਾ ਮੇਰੇ ਪ੍ਰੀਤਮਾ ਹੋ ਜੀਵਾ ਨਾਮ ਤੇਰਾ ਹੋ ਜੀਵਾ ਨਾਮ ਤੇਰਾ ਬਿਨ ਨਾਵੇਂ ਜੀਵਨ ਨਾਥੀਏ ਜੀਵਨ ਨਾਥੀਏ ਬਿਨ ਨਾਵੇਂ ਜੀਵਨ ਨਾਥੀਏ ਮੇਰੇ ਸਤਿਗੁਰ ਨਾਮ ਜਿਹੜਾਏ ਮੇਰੇ ਸਤਿਗੁਰ ਨਾਮ ਜਿਹੜਾਏ ਮੇਰੇ ਸਤਿਗੁਰ ਨਾਮ ਜਿਹੜਾਏ ਮੇਰੇ ਸਤਿਗੁਰ ਨਾਮ ਸਾਨੂੰ ਵੱਡ ਪਾਕਿਆ ਆਏ ਹਲੇ ਗੁਰਪਾਸ ਸਾਨੂੰ ਵੱਡ ਪਾਕਿਆ ਆਏ ਮਿਲੇ ਗੁਰਪਾਸ ਜੋ ਆਏ ਮਿਲੇ ਗੁਰਪਾਸ ਆਏ ਮਿਲੇ ਗੁਰਪਾਸ ਜੋ ਆਏ ਮਿਲੇ ਗੁਰਪਾਸ ਆਏ ਮਿਲੇ ਗੁਰਪਾਸ ਨਾਮ ਅਮੋਲਕ ਰਤਨ ਹੈ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆ ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੇ ਪ੍ਰਕਾਸ ਕੱਢ ਰਤਨ ਦੇਵੇ ਪ੍ਰਕਾਸ ਕਰ ਰਤਨ ਦੇਵੇ ਪ੍ਰਕਾਸ ਕਰ ਰਤਨ ਦੇਵੇ ਪ੍ਰਕਾਸ ਤੁਹਾਨੂੰ ਵੱਡ ਪਾਕਿਆ ਜੋ ਆਏ ਮਿਲੇ ਗੁਰਪਾਸ ਤੁਹਾਨੂੰ ਵੱਡ ਪਾਕਿਆ ਜਿਨ੍ਹਾਂ ਸਤਿਗੁਰ ਪੁਰਖ ਨਾ ਪੇਟਿਓ ਜਿਨ੍ਹਾਂ ਸਤਿਗੁਰ ਪੁਰਖ ਨਾ ਪੇਟਿਓ ਸੇ ਭਾਗ ਹੀਣ ਵਸ ਕਾਲੇ ਭਾਗ ਹੀਣ ਵਸ ਕਾਲੇ ਓਏ ਫਿਰ ਜੋਨੇ ਪਵਾਈਏ ਓਏ ਫਿਰ ਜੋਨੇ ਪਵਾਈਏ ਵਿੱਚ ਵਿਸਤਾ ਕਰ ਵਿਕਰਾਲੇ ਵਿੱਚ ਵਿਸਤਾ ਕਰ ਵਿਕਰਾਲੇ ਉਹਨਾਂ ਪਾਸ ਦੁਆਸ ਨਾ ਪਿੱਟੀਏ ਉਹਨਾਂ ਪਾਸ ਦੁਆਸ ਨਾ ਪਿੱਟੀਏ ਜਿਨ ਅੰਤਰ ਕ੍ਰੋਧ ਛੰਡਾਲੇ ਜਿਨ ਅੰਤਰ ਕ੍ਰੋਧ ਛੰਡਾਲੇ ਤੁਹਾਨੂੰ ਵੱਡ ਪਾਕਿਆ ਜੋ ਆਏ ਮਿਲੇ
ਗੁਰਪਾਸ ਤਨ ਵੱਡ ਪਾਗਿਆ ਦੁਆਏ ਮਿਲੇ ਗੁਰਪਾਸ ਜੋ ਆਏ ਮਿਲੇ ਗੁਰ ਪਾਸ ਆਏ ਮਿਲੇ ਗੁਰ ਪਾਸ ਜੋ ਆਏ ਮਿਲੇ ਗੁਰ ਪਾਸ ਆਏ ਮਿਲੇ ਗੁਰ ਪਾਸ ਜੋ ਆਏ ਮਿਲੇ ਗੁਰ ਪਾਸ ਜੋ ਆਏ ਮਿਲੇ ਤਨ ਵੱਡ ਪਾਗੀ ਵੱਡ ਪਾਗਿਆ ਜੋ ਆਏ ਮਿਲੇ ਗੁਰ ਪਾਸ ਤਨ ਵੱਡ ਪਾਗੀ ਵੱਡ ਪਾਗਿਆ ਜੋ ਆਏ ਮਿਲੇ ਗੁਰ ਪਾਸ ਸਤਿਗੁਰ ਪੁਰਖ ਅੰਮ੍ਰਿਤ ਸਰ ਵੱਡ ਪਾਗੀ ਨਾਵੇਂ ਆਏ ਸਤਿਗੁਰ ਪੁਰਖ ਅੰਮ੍ਰਿਤ ਸਰ ਵੱਡ ਪਾਗੀ ਨਾਵੇਂ ਆਏ ਵੱਡ ਪਾਗੀ ਨਾਵੇਂ ਆਏ ਵੱਡ ਪਾਗੀ ਨਾਵੇਂ ਉਨ ਜਨਮ ਜਨਮ ਕੀ ਮੈਲ ਉਤਰੇ ਜਨਮ ਜਨਮ ਕੀ ਮੈਲ ਉਨ ਜਨਮ ਜਨਮ ਕੀ ਮੈਲ ਉਤਰੇ ਜਨਮ ਜਨਮ ਕੀ ਮੈਲ ਉਤਰੇ ਨਿਰਮਲ ਨਾਮ ਦਿੜਾਏ ਨਿਰਮਲ ਨਾਮ ਦਿੜਾਏ ਨਿਰਮਲ ਨਾਮ ਨਾਨਕ ਉੱਤਮ ਪਦ ਪਾਇਆ ਜਨ ਨਾਨਕ ਉੱਤਮ ਪਦ ਪਾਇਆ ਜਨ ਨਾਨਕ ਉੱਤਮ ਪਦ ਪਾਇਆ ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਵ ਲਾਏ 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 ਤਨ ਵੱਡ ਪਾਗਿਆ ਜੋ ਆਏ ਮਿਲੇ ਗੁਰ ਪਾਸ ਜਿਹੜਾ ਕੰਮ ਸਤਿਗੁਰੂ ਕਰ ਸਕਦਾ ਹੈ ਉਹ ਕੰਮ ਤੀਰਥਾਂ 'ਤੇ ਜਾ ਕੇ ਵੀ ਨਹੀਂ ਹੋ ਸਕਦਾ ਤੀਰਥ ਜਾਓ ਤਾਂ ਹੋਂ ਹੋਂ ਕਰਦੇ ਹੈ ਉੱਥੇ ਜਾ ਕੇ ਤੇ ਉੱਤੇ ਹੋਰ ਹੋਮੇ ਦੀ ਅਤੇ ਪਤਾ ਨਹੀਂ ਕਰਮ ਕਾਂਡਾਂ ਦੀ ਮਹਿਲ ਹੋਰ ਚੜ੍ਹਦੀ ਹੈ ਪਰ ਜਿੱਥੇ ਅਸੀਂ ਬੈਠੇ ਹਾਂ ਸਤਿਗੁਰ ਦੀ ਸ਼ਰਨ 'ਚ ਇਹ ਅੰਮ੍ਰਿਤ ਸਰੋਵਰ ਹੈ ਜਿਸ 'ਚ ਅਸੀਂ ਇਸ਼ਨਾਨ ਕਰ ਰਹੇ ਹਾਂ ਜਿਸ ਨਾਮ ਦਾ ਜ਼ਿਕਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਰ ਰਹੇ ਹਨ ਇਹ ਇੱਕ ਐਸਾ ਸੌਦਾ ਹੈ ਜੋ ਸਿਰਫ ਗੁਰੂ ਦੀ ਹੱਟੀ ਤੋਂ ਹੀ ਮਿਲ ਸਕਦਾ ਹੈ ਨਾਮ ਤਾਂ ਸਾਨੂੰ ਹੀ ਪਤਾ ਹੈ ਅਸੀਂ ਚਾਹੀਏ ਜੇ ਕਿਸੇ ਦਾ ਭਲਾ ਕਰ ਦਈਏ ਨਾਮ ਦੇਖ ਕੇ ਕਿ ਚੱਲ ਵੀ ਤੂੰ ਵੀ ਇਹ ਨਾਮ ਜਪ ਪਰ ਕਿਆ ਸਾਨੂੰ ਆਪਣਾ ਪਤਾ ਹੈ ਸਾਨੂੰ ਤਾਂ ਆਪਣਾ ਵੀ ਨਹੀਂ ਪਤਾ ਕਿ ਅੱਗੇ ਦਰਗਾਹ ਵਿੱਚ ਕੀ ਹਾਲ ਹੋਣਾ ਅਤੇ ਅਸੀਂ ਦੂਸਰੇ ਦੀ ਜ਼ਿੰਮੇਵਾਰੀ ਕਿਸ ਤਰ੍ਹਾਂ ਲੈ ਲਵਾਂਗੇ ਸਤਿਗੁਰੂ ਸਾਨੂੰ ਨਾਮ ਦਿੰਦਾ ਹੈ ਸਿਰਫ ਨਾਮ ਹੀ ਨਹੀਂ ਦਿੰਦਾ ਸਾਡੀ ਬਾਂਹ ਫੜਦਾ ਹੈ ਦਰਗਾਹ ਤੱਕ ਦੀ ਜ਼ਿੰਮੇਵਾਰੀ ਲੈਂਦਾ ਹੈ ਅਸੀਂ ਜੇ ਬਜਾਜੀ ਕੋਲ ਜਾ ਕੇ ਕਹੀਏ ਬਈ ਮੈਨੂੰ ਕਿਲੋ ਮਿਠਾਈ ਦੇ ਦੇ ਤੂੰ ਕਹੇਗਾ ਵੀ ਮੈਂ ਤਾਂ ਸੌਦਾ ਵੇਚਦਾ ਹੀ ਨਹੀਂ ਇਹ
ਉਹ ਚੀਜ਼ ਹੈ ਜੋ ਅਸੀਂ ਸੰਸਾਰ ਕੋਲ ਜਾ ਕੇ ਪ੍ਰਾਪਤ ਨਹੀਂ ਕਰ ਸਕਦੇ। ਇਹ ਸਤਿਗੁਰ ਹੀ ਜਾਣਦਾ ਹੈ ਕਿ ਇਸ ਨਾਮ ਉਹ ਕਿਸ ਖਜ਼ਾਨੇ 'ਚੋਂ ਦਿੰਦਾ ਹੈ ਅਤੇ ਨਾਲ ਇਸ ਨਾਮ ਦੇ ਕਿਤਨੀਆਂ ਕੋਈ ਰਹਿਮਤਾਂ ਬਖਸ਼ਿਸ਼ਾਂ ਬਰਕਤਾਂ ਉਹ ਗੁਰਸਿੱਖ ਦੀ ਝੋਲੀ 'ਚ ਪਾਉਂਦਾ ਹੈ। ਜਿਸ ਵੱਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ। ਜਿਸ ਚੀਜ਼ ਨੂੰ ਲੈਣ ਵਾਸਤੇ ਇਨਸਾਨ ਆਇਆ ਉਹ ਪੂਰੇ ਸਤਿਗੁਰ ਦੇ ਕੋਲ ਹੈ। ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ। ਪਰ ਮਿਲਦਾ ਕਿਸ ਨੂੰ ਹੈ? ਜਿਹੜਾ ਅੰਦਰੋਂ ਦਿਲੋਂ ਟਹਿ ਕੇ ਅਤੇ ਸਤਿਗੁਰਾਂ ਦੇ ਦਰ ਤੋਂ ਚੀਜ਼ ਮੰਗਦਾ ਹੈ। ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੇ। ਜਿਸ ਨੂੰ ਸਤਿਗੁਰੂ ਇਹ ਰਤਨ ਪਾਓ ਇਹ ਕੀਮਤੀ ਚੀਜ਼ ਦੇ ਦੇਵੇ ਫਿਰ ਉਸਦੇ ਹਿਰਦੇ 'ਚ ਚਾੜਨਾ ਹੋ ਜਾਂਦਾ ਹੈ। ਅਤੇ ਸਤਿਗੁਰ ਸੇਵਾ ਰਾਮ ਜੀ ਕਿਹਾ ਕਰਦੇ ਸਨ, ਨਾਮ ਦਾ ਇਹ ਐਸਾ ਸੌਦਾ ਹੈ ਕਿ ਇਸ ਵਿੱਚ ਕਦੀ ਘਾਟਾ ਹੋ ਹੀ ਨਹੀਂ ਸਕਦਾ। ਅਸੀਂ ਦੁਨਿਆਵੀ ਸੌਦਾ ਲਈਏ ਨਾ ਦੁਕਾਨ ਦਾ ਤਾਂ ਸਾਡਾ ਮਨ ਦੁਚਿੱਤੀ ਹੋ ਸਕਦਾ ਹੈ। ਪਤਾ ਨਹੀਂ ਮੈਂ ਸੌਦਾ ਲਿੱਤਾ ਹੈ, ਇਸ ਵਿੱਚ ਨਫ਼ਾ ਹੋਏਗਾ ਨਹੀਂ ਹੋਏਗਾ, ਇਹ ਸਾਡੇ ਮਨ ਦੀ ਵਿਚਾਰ। ਪਰ ਸਤਿਗੁਰ ਸੇਵਾ ਰਾਮ ਜੀ ਵਚਨ ਕਿਹਾ ਕਰਦੇ ਸਨ, ਇਹ ਸੌਦਾ ਗੁਰੂ ਦੀ ਹੱਟੀ ਤੋਂ ਮਿਲਦਾ ਹੈ ਔਰ ਇਸ ਵਿੱਚ ਕਦੀ ਘਾਟਾ ਹੋ ਹੀ ਨਹੀਂ ਸਕਦਾ। ਪਰ ਸ਼ਰਤ ਇਹ ਹੈ ਅਸੀਂ ਇਸਨੂੰ ਵਣਜ 'ਚ ਲਿਆਈਏ। ਜਦ ਤੱਕ ਅਸੀਂ ਸੌਦੇ ਨੂੰ ਵੇਚਾਂਗੇ ਨਹੀਂ, ਖਰੀਦਾਂਗੇ ਨਹੀਂ, ਤਾਂ ਨਫ਼ਾ ਕਿੱਧਰੋਂ ਹੋਏਗਾ? ਜੇ ਨਾਮ ਅਸੀਂ ਲੈ ਕੇ ਅਲਮਾਰੀ 'ਚ ਰੱਖ ਦਿੱਤਾ, ਅਲਮਾਰੀਆਂ ਵਿੱਚ ਪੋਥੀਆਂ ਰੱਖ ਦਿੱਤੀਆਂ ਰੇਸ਼ਮੀ ਕੱਪੜਿਆਂ 'ਚ ਲਪੇਟ ਕੇ ਜਿੰਨੇ ਮਰਜ਼ੀ ਮੱਥੇ ਟੇਕ ਲਓ, ਪਰ ਜਦ ਤੱਕ ਅਸੀਂ ਅੰਦਰ ਉਸਦੇ ਜਿਹੜਾ ਰਤਨ ਛੁਪਿਆ ਹੈ, ਰਤਨ ਕੀ ਹੈ? ਇਹ ਸਤਿਗੁਰਾਂ ਦੇ ਵਚਨ ਜਿਹੜੇ ਪੋਥੀ ਸਾਹਿਬ ਵਿੱਚ ਹਨ, ਜਦ ਤੱਕ ਅਸੀਂ ਉਹ ਨਹੀਂ ਪੜਾਂਗੇ ਸਾਡਾ ਚਿੱਤ ਨਹੀਂ ਕਰੇ। ਕਿਉਂ? ਅੰਦਰ ਪੋਥੀਆਂ ਪੜ੍ਹਨ ਨਾਲ ਪਿਆਰ ਆਏਗਾ, ਰਸ ਆਏਗਾ, ਅਤੇ ਤਾਂ ਹੀ ਤਾਂ ਸਾਨੂੰ ਇਸ ਨਾਮ ਦਾ ਸਵਾਦ ਆਏਗਾ ਕਿ ਨਾਮ ਹੈ ਕੀ। ਅਸੀਂ ਪਿਆਰੇ ਸਾਰੇ ਭਾਗਾਂ ਵਾਲੇ ਹਾਂ। ਜਿਸ ਰਤਨ ਦਾ ਜ਼ਿਕਰ ਸਾਨੂੰ ਗੁਰੂ ਰਾਮਦਾਸ ਜੀ ਕਰ ਰਹੇ ਹਨ, ਉਹ ਰਤਨ ਸਾਡੇ ਸਾਰਿਆਂ ਕੋਲ ਹੈ। ਨਾਮ ਵੀ ਰਤਨ ਹੈ ਅਤੇ ਪਿਆਰੋ ਇਸ਼ਮ ਪਾਤਸ਼ਾਹੀ ਵੀ ਰਤਨ ਦੀ ਚੱਲ ਰਹੀ ਹੈ। ਸਤਿਗੁਰੂ ਵੀ ਸਾਨੂੰ ਐਸਾ ਰਤਨ ਵਰਗਿਆ ਅਤੇ ਨਾਮ ਵੀ ਸਾਨੂੰ ਰਤਨ ਵਰਗਾ ਮਿਲਿਆ ਹੈ। ਅਤੇ ਫਿਰ ਵੀ ਗੁਰਸਿੱਖ ਅਗਰ ਕਿਸੇ ਗੱਲ 'ਤੇ ਗੁਰੂ ਨੂੰ ਅਲਾਂਬਾ ਦੇਵੇ ਕਿ ਤੂੰ ਮੈਨੂੰ ਦਿੱਤਾ ਕੀ ਹੈ, ਅਤੇ ਫਿਰ ਅਸੀਂ ਇਹੀ ਕਹਿ ਸਕਦੇ ਹਾਂ ਫਿਰ ਗੁਰੂ 'ਚ ਹੀ ਕਮੀ ਨਹੀਂ ਸਾਡੇ 'ਚ ਹੀ ਕਮੀ ਹੈ। ਗੁਰੂ ਨੇ ਤਾਂ ਸਾਨੂੰ ਉਹ ਰਤਨ ਉਸੇ ਵਕਤ ਦੇ ਦਿੱਤਾ ਜਿਸ ਵਕਤ ਉਸਨੇ ਸਾਨੂੰ ਆਪਣਾ ਬਣਾਇਆ ਸੀ, ਆਪਣੇ ਖਜ਼ਾਨੇ 'ਚੋਂ ਰਤਨ ਦੇ ਦਿੱਤਾ। ਹੁਣ ਲੋੜ ਤਾਂ ਇਹ ਸੀ ਕਿ ਅਸੀਂ ਉਸ ਰਤਨ ਨੂੰ ਵਰਤਣ 'ਚ ਲਿਆਂਦੇ। ਅਤੇ ਇਹ ਨਾਮ ਜਿਨ੍ਹਾਂ ਨੇ ਜਪਿਆ ਹੈ ਉਹ ਵੱਡੇ ਭਾਗਾਂ ਵਾਲੇ ਹਨ। ਨਾਮ ਮਿਲੇ ਮਨ ਤ੍ਰਿਪਤੀਏ, ਬਿਨ ਨਾਮੇ ਤ੍ਰਿਗ ਜੀਵਾਸ। ਗੁਰੂ ਰਾਮਦਾਸ ਜੀ ਕਹਿੰਦੇ ਨਾ, ਨਾਮ ਮਿਲ ਜਾਏ ਤਾਂ ਹੀ ਇਨਸਾਨ ਦਾ ਮਨ ਤ੍ਰਿਪਤ ਹੋ ਸਕਦਾ ਹੈ। ਮਨ ਜ਼ਰੂਰ ਤ੍ਰਿਪਤ ਹੋ ਜਾਏਗਾ ਮਾਇਆ ਦੀ ਤਰਫੋਂ, ਪਰ ਗੁਰਸਿੱਖ ਸਦਾ ਹੀ ਇਹ ਕਹੇਗਾ ਕਿ ਨਾਮ ਜਪ ਕੇ ਅਜੀ ਮੈਂ ਭੁੱਖਾ ਹਾਂ। ਜਿਹੜਾ ਨਾਮ ਜਪ ਕੇ ਰੱਜ ਗਿਆ ਸਮਝੋ ਅਭਾਗਾ ਹੈ। ਕਹਿੰਦੇ ਨਾ ਅਸੀਂ ਇਤਨਾ ਨਾਮ ਜਪੀਏ, ਸੰਤ ਮਾਤਾ ਜੀ ਕਹਿੰਦੇ ਨੇ ਇਹ ਨਾਮ ਦੀ ਭੁੱਖ ਸਾਨੂੰ ਸਦਾ ਹੀ ਲੱਗੀ ਰਹਿਣੀ ਚਾਹੀਦੀ ਹੈ। ਮਨ ਜ਼ਰੂਰ ਤ੍ਰਿਪਤ ਹੋ ਜਾਏ ਮਾਇਆ ਦੀ ਤਰਫੋਂ, ਪਰ ਕਹਿੰਦੇ ਨਾ ਨਾਮ ਜਪ ਜਪ ਕੇ ਕਦੀ ਮਨ ਤ੍ਰਿਪਤ ਨਾ ਹੋਵੇ। ਸੱਚੇ ਪਾਤਸ਼ਾਹ ਮੈਨੂੰ ਫਿਰ ਭੁੱਖ ਲੱਗਦੀ ਹੈ ਨਾ ਸਰੀਰ ਨੂੰ, ਸਵੇਰੇ ਲੱਗਦੀ ਹੈ, ਦੁਪਹਿਰ ਲੱਗਦੀ ਹੈ, ਸ਼ਾਮੀ ਲੱਗਦੀ ਹੈ। ਅਤੇ ਮਾਤਾ ਜੀ ਵਚਨ ਕਿਹਾ ਕਰਦੇ ਸਨ, ਜਦੋਂ ਭੁੱਖ ਲੱਗਦੀ ਹੈ ਨਾ ਫਿਰ ਅਸੀਂ ਇਹ ਨਹੀਂ ਵੇਖਣਾ ਕੌਣ ਭਾਈ ਹੈ, ਕਿਹੜੇ ਠੇਲੇ ਵਾਲੇ ਕੌਣ ਹੈ, ਕਿੱਥੇ ਬਾਹਰ ਗਏ ਹੋ, ਭੁੱਖ ਲੱਗੀ ਬਸ ਹੁਣ ਤੂੰ ਲਿਆ। ਇੱਥੇ ਤੱਕ ਕਿ ਕਈ ਵਾਰ ਅਸੀਂ ਜਾਤ ਵੀ ਨਹੀਂ ਪੁੱਛਦੇ। ਕਹਿੰਦੇ ਨੇ ਇਸ ਤਰ੍ਹਾਂ ਦੀ ਭੁੱਖ ਬਣਾਓ, ਇਹ ਭੁੱਖ ਲੱਗੇ ਨਾ ਅਤੇ ਤਾਂ ਹੀ ਫਿਰ ਚਿੱਤ ਕਰਦਾ ਹੁਣ ਸਵੇਰੇ ਮੈਂ ਬਾਬੇ ਡੇਰੇ ਸਾਹਿਬ ਜਾਵਾਂ, ਉੱਥੇ ਨਾਮ ਜਪਾਂ। ਕਿਉਂਕਿ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਸਤਿਗੁਰ ਨਹੀਂ ਮਿਲਿਆ, ਨਾਮ ਨਹੀਂ ਮਿਲਿਆ। ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਵਸ ਕਾਲ, ਉਹ ਫਿਰ ਜੌਨ ਪਵਾਈਏ ਵਿੱਚ ਵਿਸ਼ਟਾ ਕਰ ਵਿਕਰਾਲ। ਉਨ ਪਾਸ ਦੁਆਸ ਨਾ ਭੇਟੀਏ ਜਿਨ ਅੰਤਰ ਕ੍ਰੋਧ ਚੰਡਾਲ। ਜਿੱਥੇ ਨਾਮ ਨਹੀਂ ਉੱਥੇ ਕੀ ਹੈ? ਉੱਥੇ ਕ੍ਰੋਧ ਹੀ ਹੋਏਗਾ, ਅਹੰਕਾਰ ਹੀ ਹੋਏਗਾ, ਨਿੰਦਾ ਹੀ ਹੋਏਗੀ। ਕਿਉਂਕਿ ਜਿਹੜਾ ਗੁਰਸਿੱਖ ਨਾਮ ਜਪਦਾ ਉਸ ਕੋਲ ਇਤਨਾ ਵਕਤ ਹੀ ਨਹੀਂ ਆਉਂਦਾ,
ਔਰ ਸੰਤ ਮਾਤਾ ਜੀ ਦੇ ਸਾਨੂੰ ਐਸੇ ਕੰਮ ਤੇ ਲਾ ਗਏ ਹਨ। ਹੋ ਮੂਰਖ ਕਾਰੇ ਲਾਇਆ ਨਾਨਕ ਹਰ ਕੰਮੇ, ਕਿਉਂਕਿ ਹੁਣ ਇਤਨੇ ਗੁਰਪੁਰਬ ਆ ਰਹੇ ਹਨ, ਸਹਿਜ ਪਾਠ, ਗੁਰੂ ਉਪਦੇਸ਼, ਮੂਲ ਮੰਤਰ, ਇਤਨਾ ਕੋਈ ਖਜ਼ਾਨਾ ਗੁਰੂ ਨਾਨਕ ਦਾ ਸਾਡੇ ਕੋਲ ਹੈ, ਪਰ ਮਨ 'ਚ ਚਾਹ ਹੋਏ ਕਿ ਮੇਰੇ ਸਤਿਗੁਰਾਂ ਦਾ ਗੁਰਪੁਰਬ ਆ ਰਿਹਾ ਹੈ, ਸੰਤ ਮਾਤਾ ਜੀ ਦਾ ਦਿਨ ਆ ਰਿਹਾ, ਮੈਂ ਗੁਲਦਸਤਾ ਤਿਆਰ ਕਰਾਂ। ਹੋਰ ਜਿੱਥੇ ਅਸੀਂ ਡਾਇਰੀਆਂ ਬਣਾਉਂਦੇ ਹਾਂ, ਹਿਸਾਬ ਕਿਤਾਬ ਲਿਖਦੇ ਹਾਂ ਦੁਨਿਆਵੀ ਧਨ ਦਾ, ਇੱਕ ਡਾਇਰੀ ਜ਼ਰੂਰ ਦੁਕਾਨ 'ਤੇ ਰੱਖਿਆ ਕਰੋ, ਉਸ ਵਿੱਚ ਆਪਣਾ ਨਿਤਨੇਮ ਜ਼ਰੂਰ ਲਿਖਿਆ ਕਰੋ ਕਿ ਬਈ ਅੱਜ ਮੈਂ ਕੀਤਾ ਕੀ ਹੈ, ਅੱਜ ਮੇਰਾ ਕਿੰਨਾ ਕੋਈ ਨਿਤਨੇਮ ਹੋਇਆ, ਕੁਝ ਵਾਧਾ ਪਿਆ ਹੈ, ਅੱਜ ਇੰਨੇ ਸਾਲ ਹੋ ਗਏ ਨੇ 21 ਤਰੀਕ ਮਨਾਉਂਦੇ ਹੋਏ, ਕਿਆ ਮੇਰੇ ਨਿਤਨੇਮ ਵਿੱਚ ਵਾਧਾ ਪਿਆ ਹੈ, ਕਿਆ ਇੱਕ ਪਾਠ ਜਪਜੀ ਸਾਹਿਬ ਦਾ ਮੈਂ ਕਰਨਾ ਚਿਤ ਕੀਤਾ, ਮੈਂ ਦੋ ਕਰਾਂ। ਇਹ ਦਿਹਾੜੇ ਮਨਾਉਣੇ ਤਾਂ ਹੀ ਸਫਲੇ ਹਨ ਕਿ ਜਦੋਂ ਗੁਰੂ ਮਹਾਰਾਜ ਦੀ ਇਹ ਕਿਰਪਾ ਬਖਸ਼ਿਸ਼ ਹੋਵੇ, ਔਰ ਗੁਰੂ ਰਾਮਦਾਸ ਜੀ ਕਹਿੰਦੇ ਨਾ, ਉਹਨਾਂ ਕੋਲ ਜਾ ਕੇ ਤੇ ਬੈਠ ਵੀ ਨਾ ਜਿਹੜੇ ਨਗੁਰੇ ਹਨ, ਉਹਨਾਂ ਦੀ ਤੇ ਪਰਛਾਈ ਕੋਲ ਵੀ ਦੂਰ ਹੈ, ਉਹਨਾਂ ਪਾਸ ਦੁਆਸ ਨਾ ਫਿੱਟੀ ਹੈ, ਜਿਨ ਅੰਤਰ ਕਰੋ ਚੰਡਾ, ਜਿਨ੍ਹਾਂ ਨੂੰ ਪੂਰਾ ਸਤਿਗੁਰ ਨਹੀਂ ਮਿਲਿਆ ਉੱਥੇ ਕੀ ਹੈ, ਉੱਥੇ ਕੁਛ ਵੀ ਨਹੀਂ, ਉਹਨਾਂ ਦੀ ਮਾਇਆ ਦਿਖਾਵੇ ਨਾ ਵੇਖ। ਸੱਚੇ ਪਾਤਸ਼ਾਹ ਜੀ ਕਿਆ ਕਰਦੇ ਸਨ, ਧਨੀ ਰਾਮ ਦੁਨੀਆਂ ਦੇ ਦਿਖਾਵੇ ਤੇ ਨਾ ਜਾਵੀਂ, ਜਿੱਥੇ ਨਾਮ ਹੋਵੇ ਉੱਥੇ ਸਿਰ ਨਿਵਾਵੀਂ, ਨਾਮ ਅੱਗੇ ਸਿਰ ਨਿਵਾਵੀਂ, ਤੇ ਸਤਿਗੁਰ ਪੁਰਖ ਅੰਮ੍ਰਿਤ ਸਰਵਟ ਭਾਗੀ ਨਾਵੇਂ ਆਏ, ਉਹ ਜਨਮ ਜਨਮ ਕੀ ਮੈਲ ਉਤਰੇ ਨਿਰਮਲ ਨਾਮ ਦੇ। ਇਹ ਤਨ ਸਾਡੇ ਵੱਡੇ ਭਾਗ ਹਨ, ਜੋ ਸਤਿਗੁਰ ਦੀ ਕਿਰਪਾ ਨਾਲ ਅਸੀਂ ਸਭ ਰਲ ਮਿਲ ਕੇ ਨਾਮ ਜਪ ਰਹੇ ਹਾਂ, ਬਾਣੀ ਪੜ੍ਹ ਰਹੇ ਹਾਂ, ਗੁਰੂ ਮਹਾਰਾਜ ਦੀ ਬਖਸ਼ਿਸ਼ ਰਹਿਮਤ ਕਿਰਪਾ, ਇਹ ਸਾਰੀਆਂ ਹੀ ਘੜੀਆਂ ਉਸ ਦਰਗਾਹ ਦੇ ਵਿੱਚ ਲਿਖੀਆਂ ਜਾ ਰਹੀਆਂ ਹਨ। ਕਿੱਥੋਂ ਕਿੱਥੋਂ ਸੰਗਤ ਸਤਿਗੁਰਾਂ ਦੇ ਪਿਆਰ ਵਿੱਚ ਆਉਂਦੀ ਹੈ, ਉਹਨਾਂ ਦੀਆਂ ਖੁਸ਼ੀਆਂ ਲੈਂਦੀ ਹੈ। ਤਾਂ ਹੀ ਮੇਰੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮੇਰੇ ਪ੍ਰੀਤਮਾਂ ਹੋ ਜੀਵਾਂ ਨਾਮ ਧਿਆਏ, ਕਿਉਂਕਿ ਜੀਵਨ ਹੈ ਹੀ ਇਹ, ਆਖਾਂ ਜੀਵਾਂ ਵਿਸਰੇ ਮਰ ਜਾ, ਜੇ ਨਾਮ ਹੈ ਤੇ ਸਮਝੋ ਜੀਵਨ ਹੈ, ਨਹੀਂ ਤੇ ਸਮਝੋ ਇੱਕ ਲੋਥ ਘੁੰਮ ਰਹੀ ਹੈ, ਮ੍ਰਿਤਕ ਦੇਹ ਹੈ, ਨਾਮ ਤੋਂ ਬਿਨਾਂ ਹੈ ਕੀ, ਬਿਨ ਨਾਵੇਂ ਜੀਵਨ ਨਾ ਥੀਏ, ਮੇਰੇ ਸਤਿਗੁਰ ਨਾਮ ਦਿੜਾਏ। ਸਤਿਗੁਰ ਤੇ ਆਇਆ ਹੀ ਇਸੇ ਕੰਮ ਵਾਸਤੇ ਹੈ, ਅਸੀਂ ਤੇ ਸਾਰੇ ਕੈਦੀ ਹਾਂ, ਜੇਲ੍ਹ 'ਚ ਕੈਦੀ ਹੁੰਦੇ ਹਨ ਨਾ, ਪਰ ਨਾਲ ਜੇਲਰ ਨੂੰ ਛੂਟ ਹੁੰਦੀ ਹੈ, ਡਾਕਟਰ ਨੂੰ ਛੂਟ ਹੁੰਦੀ ਹੈ, ਜਦੋਂ ਮਰਜ਼ੀ ਆਵੇ ਜਾਵੇ, ਕਿਉਂਕਿ ਉਹਨਾਂ ਦਾ ਇਲਾਜ ਕਰਨ ਆਉਂਦਾ ਹੈ। ਤੇ ਸਤਿਗੁਰੂ ਤੇ ਉਹ ਹੈ ਕਿ ਸਾਨੂੰ ਨਾਮ ਜਪਾਉਣ ਵਾਸਤੇ ਇੱਥੇ ਆਇਆ ਹੈ, ਤੇ ਸੱਚੇ ਪਾਤਸ਼ਾਹ ਕਿਰਪਾ ਕਰਨ, ਨਾਮ ਜਪਣ ਬਾਣੀ ਪੜ੍ਹਨ ਦੀ ਰਾਹ ਜਿਹੜੀ ਸਤਿਗੁਰਾਂ ਨੇ ਸਾਨੂੰ ਦੱਸੀ ਹੈ, ਉਸ 'ਤੇ ਅਸੀਂ ਚੱਲ ਸਕੀਏ। ਤਾਂ ਹੀ ਮੇਰੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਧਨ ਵੱਡ ਭਾਗੀ ਵੱਡ ਭਾਗੀਆ ਜੋ ਆਏ ਮਿਲੇ ਗੁਰਪਾਸ। ਜਿੱਥੇ ਸਤਿਗੁਰ ਸੇਵਾ ਰਾਮ ਸੱਚੇ ਪਾਤਸ਼ਾਹ ਜੀ ਦੀ ਅਸੀਂ ਪਵਿੱਤਰ ਯਾਦ ਵਿੱਚ ਬੈਠੇ ਹਾਂ, ਉੱਥੇ ਹੀ ਸਾਡੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਹ ਗੁਰਪੁਰਬ ਆ ਰਿਹਾ ਹੈ 1 ਤਰੀਕ ਦਾ। ਅਤੇ ਸੰਤ ਮਾਤਾ ਜੀ ਕਿਆ ਕਰਦੇ ਸਨ, ਫਿਰ ਜਿੱਥੇ ਗੁਰਪੁਰਬ ਆਵੇ ਉਹਨਾਂ ਗੁਰੂਆਂ ਦੀਆਂ ਸਾਖੀਆਂ, ਉਹਨਾਂ ਦੀਆਂ ਚਰਚਾਵਾਂ, ਕਿਉਂ ਅਸੀਂ ਭੁੱਲ ਜਾਂਦੇ ਹਾਂ, ਚੱਲੀਏ ਆਉਂਦੇ ਸਾਨੂੰ ਸਭ ਕੁਝ ਯਾਦ ਹੁੰਦਾ, ਪਰ ਕਹਿੰਦੇ ਨੇ ਉਹਨਾਂ ਸਤਿਗੁਰਾਂ ਨੂੰ ਸਦਾ ਹੀ ਚੇਤੇ ਰੱਖਿਆ ਕਰੋ, ਉਹਨਾਂ ਦੇ ਪਰੋਕਾਰ। ਕਹਿੰਦੇ ਨੇ ਬਾਬਾ ਬੇਦੀ ਸਾਹਿਬਜ਼ਾਦੇ ਮਹਿਬੂਬ ਰਾਏ ਜੀ ਜਦੋਂ ਸਤਿਗੁਰ ਬਾਲਕ ਸਿੰਘ ਜੀ ਕੋਲ ਆਉਂਦੇ ਸਨ ਨਾ, ਕਥਾ ਸੁਣਦੇ ਸਨ, ਅਤੇ ਉਹਨਾਂ ਦਾ ਇਤਨਾ ਪਿਆਰ ਪੈ ਗਿਆ ਗੁਰੂ ਦੇ ਦਰਸ਼ਨ, ਗੁਰੂ ਦੀ ਕਥਾ, ਕਿ ਰਾਤੀ ਉਹਨਾਂ ਨੂੰ ਨੀਂਦਰ ਨਹੀਂ ਸੀ ਆਉਂਦੀ ਕਿ ਕਦੋਂ ਸਵੇਰ ਹੋਏਗੀ ਅਤੇ ਮੈਂ ਜਾ ਕੇ ਕਥਾ ਸੁਣਾਂਗਾ। ਇਤਨਾ ਕੋਈ ਪਿਆਰ ਉਹਨਾਂ ਦਾ ਪੈ ਗਿਆ, ਅਤੇ ਇੱਕ ਦਿਨ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਟਹਿ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਮੈਨੂੰ ਵੀ ਇਸ ਨਾਮ ਦੀ ਦਾਤ ਬਖਸ਼ੋ, ਮੈਨੂੰ ਵੀ ਆਪਣਾ ਬਣਾਓ। ਅਤੇ ਸਤਿਗੁਰ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬਾਬਾ ਜੀ ਤੁਸੀਂ ਗੁਰੂ ਨਾਨਕ ਦੀ ਅੰਸ਼ ਹੋ, ਗੁਰੂ ਸਦਵਾਂਦੇ ਹੋ, ਲੋਕ ਤੁਹਾਡੇ ਅੱਗੇ ਮੱਥੇ ਟੇਕਦਾ ਹੈ,
ਜਿੱਥੇ ਅਸੀਂ ਅਰੋੜੇ ਡਾਰੇ ਸਾਡੇ ਕੋਲ ਕੀ ਹੈ, ਕਹਿਣ ਲੱਗੇ ਨਹੀਂ ਸੱਚੇ ਪਾਤਸ਼ਾਹ ਜੀ, ਮੈਂ ਬਹੁਤ ਚਿਰਾਂ ਤੋਂ ਆਪ ਜੀ ਦੇ ਦਰਸ਼ਨ ਕਰ ਰਿਹਾ, ਕਥਾ ਸੁਣ ਰਿਹਾ ਹਾਂ, ਆਪ ਜੀ ਦੇ ਕੋਲ ਸੱਚ ਹੈ ਤੇ ਮੇਰੇ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ, ਮੈਨੂੰ ਵੀ ਆਪਣੇ ਖਜ਼ਾਨੇ ਚੋਂ ਨਾਮ ਬਖਸ਼ੋ। ਗੁਰੂ ਨਾਨਕ ਦੀ ਅੰਸ਼ ਤਾਂ ਉਹ ਹੈ ਜਿਹੜੇ ਗੁਰੂ ਨਾਨਕ ਦੇ ਪੂਰਨਿਆਂ ਤੇ ਚੱਲ ਰਿਹਾ ਹੈ, ਭਜਨ ਕਰ ਰਿਹਾ ਹੈ, ਜਿਸ ਦੇ ਅੰਦਰ ਗਰੀਬੀ ਹੈ, ਜਿਸਨੇ ਵਚਨ ਕਮਾਏ ਹਨ। ਗੁਰੂ ਨਾਨਕ ਦੀ ਅੰਸ਼ ਤੇ ਉਹ ਹੈ, ਇਹ ਸਿਰਫ ਕਹਿਣ ਨਾਲ ਕਿ ਬਈ ਇਹ ਗੁਰੂ ਨਾਨਕ ਦਾ ਸਿੱਖ ਹੈ, ਇਹ ਕ੍ਰਿਸ਼ਨ ਦੇ ਭਗਤ ਹਨ, ਸਿਰਫ ਕਹਿਣ ਨਾਲ ਕੁਝ ਨਹੀਂ ਬਣਨਾ। ਸੱਚੇ ਪਾਤਸ਼ਾਹ ਜੀ ਦੇ ਵਚਨ ਵਿਲਾਸ ਹੋ ਰਹੇ ਨੇ, ਬਾਬਾ ਮਹਿਬੂਬ ਰਾਏ ਨੇ ਤੇ ਉਹਨਾਂ ਨੇ ਇਹੀ ਕਿਹਾ ਕਿ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣਾ ਬਣਾਓ। ਤੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਈ ਤੂੰ ਸਾਡੇ ਕੀ ਵੇਖੇ, ਬਾਬਾ ਮਹਿਬੂਬ ਰਾਏ ਜੀ ਜੋ ਸਾਡੇ ਪਿੱਛੇ ਪਿਆ। ਤੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ, ਮੈਂ ਕੀ ਸਾਰਾ ਸੰਸਾਰ ਹੀ ਤੁਹਾਡੇ ਪਿੱਛੇ ਪਿਆ ਹੈ, ਹੁਣ ਆਉਣ ਵਾਲੇ ਸਮੇਂ ਵਿੱਚ ਇਸ ਦਰ ਦੀ ਚਰਨ ਧੂੜ ਭਾਗਾਂ ਵਾਲੇ ਲੈਣਗੇ, ਸਾਰਾ ਸੰਸਾਰ ਹੀ ਤੁਹਾਡੇ ਪਿੱਛੇ ਪਿਆ ਹੈ, ਤੁਸੀਂ ਗੁਰੂ ਨਾਨਕ ਦੀ ਜੋਤ ਹੋ। ਕਹਿਣ ਲੱਗੇ ਅਸੀਂ ਅਰੋੜੇ ਡਾਰੇ, ਤੁਸੀਂ ਬੇਦੀ ਸਾਹਿਬਜ਼ਾਦੇ, ਦੁਨੀਆ ਕੀ ਕਹੇਗੀ। ਕਹਿਣ ਲੱਗੇ ਦੁਨੀਆ ਜੋ ਕਹੇਗੀ ਕਹੇਗੀ, ਕੁਝ ਦਿਨ ਬੋਲੇਗੀ ਦੁਨੀਆ ਦੇ ਮੂੰਹ ਤੇ ਪਾਸ, ਪਰ ਤੁਸੀਂ ਮੈਨੂੰ ਆਪਣਾ ਬਣਾਓ। ਮੈਂ ਅੱਜ ਤੋਂ ਗੁਰੂ ਸਦਵਾਣਾ ਵੀ ਛੱਡਿਆ, ਪਰ ਮੇਰੇ ਤੇ ਕਿਰਪਾ ਕਰੋ। ਕਹਿਣ ਲੱਗੇ ਬਾਬਾ ਜੀ ਨਾਮ ਤੇ ਅਸੀਂ ਦੇਨੇ ਹਾਂ, ਪਰ ਇਹ ਸਭ ਕੁਝ ਜੋ ਤੁਹਾਡਾ ਚਲਤ ਹੈ ਛੋੜਨਾ ਪਏਗਾ, ਇਸ ਘਰ ਦੀ ਰਹਿਣੀਆਂ ਬੜੀ ਔਖੀਆਂ ਹਨ। ਇਹ ਪੂਜਾ ਦਾ ਤਾਨ ਜੋ ਤੁਸੀਂ ਲੈਂਦੇ ਹੋ, ਦਸਾਂ ਨੌਵਾਂ ਦੀ ਕਿਰਤ ਕਰਨੀ ਪਏਗੀ, ਕਿਤੇ ਖਾਣਾ ਪੀਣਾ ਨਹੀਂ ਹੋਏਗਾ, ਪਰ ਤਨ ਤੋਂ ਬਚਣਾ ਹੋਏਗਾ। ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਗੁਰੂ ਸਦਵਾਣਾ ਵੀ ਛੋੜਿਆ, ਮੈਂ ਦਸਾਂ ਨੌਵਾਂ ਦੀ ਕਿਰਤ ਕਰਕੇ, ਕਿਉਂਕਿ ਮੈਂ ਇੱਥੇ ਸੱਚ ਵੇਖ ਚੁੱਕਿਆ ਹਾਂ, ਹੁਣ ਤੁਸੀਂ ਕਿਰਪਾ ਕਰੋ ਤੇ ਮੈਨੂੰ ਆਪਣਾ ਬਣਾਓ। ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ। ਹੁਣ ਧਿਆਨ ਦਿਓ, ਇੱਕ ਉਹ ਬੇਦੀ ਸਾਹਿਬਜ਼ਾਦੇ ਜਿਨ੍ਹਾਂ ਦੇ ਲੋਕ ਮੱਥੇ ਟੇਕਦੇ ਸਨ, ਜਿਹੜੇ ਗੁਰੂ ਸਦਵਾਉਂਦੇ ਸਨ, ਪਰ ਜਦੋਂ ਗੁਰੂ ਦੀ ਸੰਗਤ ਵਿੱਚ ਆਏ ਤੇ ਉਹਨਾਂ ਦੇ ਅੰਦਰ ਇਹ ਆਭਾਸ ਹੋਇਆ ਕਿ ਮੈਨੂੰ ਆਪਣਾ ਨਹੀਂ ਪਤਾ ਕਿ ਮੇਰਾ ਅੱਗੇ ਕੀ ਹੋਏਗਾ, ਤੇ ਜਿਨ੍ਹਾਂ ਕੋਲੋਂ ਮਾਇਆ ਲੈ ਕੇ ਮੈਂ ਆਪਣੇ ਪਿੱਛੇ ਲਾਏ ਹਨ, ਇਹਨਾਂ ਨੂੰ ਮੈਂ ਝੂਠੇ ਵਾਅਦੇ ਕਰ ਰਿਹਾ ਹਾਂ। ਜਦੋਂ ਉਹਨਾਂ ਨੂੰ ਇਹ ਆਭਾਸ ਹੋਇਆ ਤੇ ਉਹਨਾਂ ਨੇ ਕਿਹਾ ਸੱਚੇ ਪਾਤਸ਼ਾਹ ਜੀ ਮੈਂ ਦੁਨੀਆ ਦੀ ਪਰਵਾਹ ਨਹੀਂ ਕਰਦਾ, ਕਿਉਂਕਿ ਮੈਨੂੰ ਆਪਣਾ ਨਹੀਂ ਪਤਾ, ਪਰ ਮੈਨੂੰ ਚਾੜਨਾ ਹੋਇਆ, ਮੈਨੂੰ ਆਪਣਾ ਬਣਾਓ। ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਤੋਂ ਵੀ ਉਸ ਵਕਤ ਜਲ ਆ ਗਿਆ, ਨੇਤਰਾਂ ਤੋਂ ਜਲ ਆ ਗਿਆ ਪਿਆਰ ਵੇਖ ਕੇ ਬਾਬਾ ਮਹਿਬੂਬ ਰਾਏ ਜੀ ਦਾ, ਆਪਣੇ ਖਜ਼ਾਨੇ ਵਿੱਚੋਂ ਨਾਮ ਦਿੱਤਾ। ਨਾਮ ਅਮੂਲਕ ਰਤਨ ਹੈ ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੇਂ ਲੱਗਿਆ ਕੱਢ ਰਤਨ ਦੇਵੇ ਪ੍ਰਗਾਸ, ਧਨ ਵੱਡ ਭਾਗੀ ਵੱਡ ਭਾਗੀਆ ਜੋ ਆਏ ਮਿਲੇ ਗੁਰ ਪਾਸ। ਉਹ ਵੱਡੇ ਭਾਗਾਂ ਵਾਲਿਆਂ ਨੂੰ ਜਿਨ੍ਹਾਂ ਨੂੰ ਗੁਰੂ ਦੀ ਸ਼ਰਨ ਮਿਲਦੀ ਹੈ, ਅੱਜ ਇਹ ਭਾਗ ਖੁੱਲੇ ਬਾਬਾ ਮਹਿਬੂਬ ਰਾਏ ਨੇ ਜਦੋਂ ਨਾਮ ਲਿੱਤਾ ਨਾ। ਵਾਪਸ ਘਰ ਗਏ, ਬੜੇ ਆਨੰਦ, ਚਿਹਰੇ ਦਾ ਰੰਗ ਹੀ ਅਲੱਗ ਹੈ। ਘਰ ਵਾਲੀ ਕਹਿੰਦੀ ਹੈ ਅੱਜ ਤੁਸੀਂ ਬੜੇ ਆਨੰਦ ਵਿੱਚ ਹੋ, ਅੱਜ ਕੁਝ ਤੁਹਾਡਾ ਚਿਹਰੇ ਦਾ ਰੰਗ ਹੀ ਅਲੱਗ ਹੈ। ਕਹਿੰਦੀ ਹੈ ਸੱਚ ਗੱਲ ਹੈ ਕਿ ਅੱਜ ਬੜਾ ਸਵਾਦ ਹੈ। ਘਰ ਵਾਲੀ ਨੂੰ ਕਹਿੰਦੇ ਨਾ ਅੱਜ ਬੜਾ ਸਵਾਦ ਹੈ, ਤੈਨੂੰ ਮੈਂ ਦੱਸ ਨਹੀਂ ਸਕਦਾ, ਮੇਰੀ ਉਹ ਜ਼ਬਾਨ ਹੀ ਨਹੀਂ ਜੋ ਮੈਂ ਦੱਸ ਸਕਾਂ ਕਿ ਜਿਹੜੀ ਚੀਜ਼ ਮੈਂ ਅੱਜ ਲੈ ਕੇ ਆਇਆ ਹਾਂ ਤੇ ਕਿੰਨਾ ਕੋਈ ਸਵਾਦ ਮੈਨੂੰ ਆ ਰਿਹਾ ਹੈ। ਕਹਿੰਦੇ ਨੇ ਮੈਨੂੰ ਵੀ ਤੇ ਦੱਸੋ ਨਾ ਕਿੱਥੋਂ ਸਵਾਦ ਮਿਲਿਆ, ਕੀ ਲੈ ਕੇ। ਕਹਿਣ ਲੱਗੇ ਅਸੀਂ ਇਸ ਕਣੀ ਤੋਂ ਖਾਲੀ ਸਾਂ, ਇਸ ਰਤਨ ਤੋਂ ਖਾਲੀ ਸਾਂ, ਗੁਰੂ ਸਦਵਾਉਂਦੇ ਸਾਂ, ਸਾਨੂੰ ਆਪਣਾ ਹੀ ਨਹੀਂ ਪਤਾ, ਪਰ ਅੱਜ ਸਤਿਗੁਰੂ ਬਾਲਕ ਸਿੰਘ ਜੀ ਮਿਲਿਆ ਹੈ, ਜਿਨ੍ਹਾਂ ਦੇ ਕੋਲ ਜਾ ਕੇ ਦਰਸ਼ਨ ਕਰਕੇ ਕਥਾ ਸੁਣ ਕੇ ਮੇਰੇ ਅੰਦਰ ਚਾੜਨਾ ਆਇਆ ਹੈ। ਅਸੀਂ ਸੰਗਤ ਵਿੱਚ ਆਉਂਦੇ ਹਾਂ, ਗੁਰੂ ਦੇ ਵਚਨ ਸੁਣਨੇ ਹਾਂ, ਅਤੇ ਪਤਾ ਨਹੀਂ ਕਿਹੜੀ ਕੋਈ ਐਸੀ ਵਚਨ ਗੱਲ ਸਾਡੇ ਮਨ ਤੇ ਲੱਗ ਜਾਂਦੀ ਹੈ, ਚਾੜਨਾ ਹੋ ਜਾਂਦਾ ਅੰਦਰ। ਕਹਿੰਦੇ ਨੇ ਮੇਰਾ ਚਿੱਤ ਕਰਦਾ ਹੈ ਕਿ ਤੂੰ ਵੀ ਨਾਮ ਲੈ ਉਹਨਾਂ ਕੋਲ ਜਾ ਕੇ, ਕਿਉਂਕਿ ਤੂੰ ਮੇਰੀ ਅਰਧਾਂਗਿਨੀ ਹੈ।
ਹੁਣ ਪਤੀ ਦਾ ਮਤ ਹੋਰ ਹੋਵੇ, ਪਤਨੀ ਦਾ ਹੋਰ ਹੋਵੇ, ਤੇ ਉਸ ਕਾਰਜ ਕਹਿੰਦੇ ਨੇ ਸਵਾਦ ਹੀ ਨਹੀਂ ਰਹਿੰਦਾ। ਦੋਵੇਂ ਇੱਕੋ ਜਿਹੇ ਮਤ ਦੇ ਆਵਣ ਨਾ ਤੇ ਕਹਿੰਦੇ ਨੇ ਚਲੋ ਜੀ ਉੱਠੋ ਅੰਮ੍ਰਿਤ ਵੇਲਾ ਹੋ ਗਿਆ, ਤੇ ਇੱਕ ਦਾ ਵੀ ਮਤ ਨਾ ਹੋਵੇ ਕਿੱਥੇ ਜਾਂਦੇ ਹੋ ਸਵੇਰੇ, ਸੌ ਜਾਓ ਦੁਕਾਨ ਤੇ ਜਾਣਾ ਹੈ ਥੱਕੇ ਹੋ, ਕਿਉਂਕਿ ਵਿਚਾਰ ਨਹੀਂ ਮਿਲਦੇ। ਮੇਰਾ ਚਿੱਤ ਕਰਦਾ ਕਿ ਤੂੰ ਮੇਰੀ ਅਰਧਾਂਗਨੀ ਹੈ, ਤੂੰ ਵੀ ਜਾ। ਤੇ ਪਿਆਰਿਓ ਦੋਵਾਂ ਵਿੱਚੋਂ ਇੱਕ ਵੀ ਐਸਾ ਹੋਵੇ ਨਾ ਤੇ ਨਾਲ ਸੰਯੋਗ ਹੋਵਣ, ਤੇ ਕਿਸ ਤਰ੍ਹਾਂ ਸਤਿਗੁਰੂ ਪਾਕ ਖੋਲਦਾ ਹੈ। ਦਾਸ ਨੂੰ ਸਾਖੀ ਯਾਦ ਆਈ ਜਦੋਂ ਕਿਰਪਾ ਰਾਮ ਜੀ ਨੇ ਆਪਣੀ ਇੱਕ ਬੱਚੀ ਖੁਰਜੇ ਵਿਆਹੀ ਸੀ, ਤੇ ਜਿਸ ਕਾਰਜ ਵਿਆਹੀ ਸੀ ਗੁਰਮੁਖ ਜ਼ਰੂਰ ਸਨ ਪਰ ਗੁਰਪਾਈ ਨਹੀਂ ਸਨ, ਨਹੀਂ ਜਾਣਦੇ ਸਨ ਇਹ ਕਿਹੜਾ ਦਰ ਹੈ, ਪਰ ਬੱਚੀ ਪਿੱਛੇ ਜੁੜੀ ਹੋਈ ਗੁਰਮੁਖ ਪਰਿਵਾਰ ਦੀ। ਤੇ ਆਈ ਵਿਆਹ ਕੇ ਕੁਝ ਦਿਨ ਚਲਤ ਵੇਖਿਆ ਕਿ ਬਈ ਇੱਥੇ ਤੇ ਕੋਈ ਐਸੀ ਚੀਜ਼ ਹੈ ਹੀ ਨਹੀਂ, ਨਾ ਹੀ ਨਹੀਂ ਬਾਬੇ ਡੇਰੇ ਜਾਂਦੇ ਹਨ, ਨਾ ਹੀ ਨਹੀਂ ਜੁੜੇ ਹਨ। ਪਰ ਉਸਨੇ ਕੁਝ ਦਿਨਾਂ ਬਾਅਦ ਫਿਰ ਜਦੋਂ ਚੱਲੀਆ ਆਇਆ ਤੇ ਛੱਕਦੇ ਛੱਕਦਿਆਂ ਆਪਣੇ ਘਰ ਵਾਲੇ ਨੂੰ ਕਿਹਾ ਜੀ ਚੱਲੀਆ ਸ਼ੁਰੂ ਹੋ ਗਿਆ, ਕਥਾ ਸਾਹਿਬ ਤੁਸੀਂ ਮੈਨੂੰ ਛੋੜਿਆ ਹੀ ਕਰੋ। ਇਤਨੀ ਗੱਲ ਉਸਨੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਮੰਨ ਲਿੱਤੀ, ਕਹਿਣ ਲੱਗੇ ਫਿਰ ਮੈਂ ਤੈਨੂੰ ਬਾਬੇ ਡੇਰੇ ਦੇ ਬਾਹਰ ਤੱਕ ਛੋੜਿਆ ਕਰਾਂਗਾ। ਉਹ ਸਵੇਰੇ ਚਲੋ ਇਤਨਾ ਵੀ ਹੋ ਗਿਆ ਕਿ ਘਰਵਾਲੀ ਦੀ ਗੱਲ ਮੰਨ ਕੇ ਉੱਥੇ ਆਉਂਦਾ, ਬਾਬੇ ਡੇਰੇ ਦੇ ਬਾਹਰ ਛੋੜਦਾ, ਮੱਥਾ ਨਹੀਂ ਟੇਕਦਾ, ਕਿਉਂਕਿ ਅੰਦਰ ਸ਼ਰਧਾ ਨਹੀਂ ਸੀ, ਨਾਮ ਨਹੀਂ ਸੀ, ਚਾੜਨਾ ਨਹੀਂ ਸੀ। ਪਰ ਇੱਕ ਸਾਥ ਜਿਹੜਾ ਹੁੰਦਾ ਨਾ ਪਤੀ ਪਤਨੀ ਦਾ, ਉਹ ਕਿੰਨਾ ਕੋਈ ਭਾਗਾਂ ਵਾਲਾ ਹੁੰਦਾ ਹੈ। ਉਹ ਕਹਿੰਦੀ ਮੈਨੂੰ ਛੋੜ ਕੇ ਆ ਜਾਇਆ ਕਰੋ। ਹੁਣ ਇਹ ਵੀ ਇੱਕ ਸੇਵਾ ਹੈ, ਕਿਸੇ ਨੂੰ ਨਾਲ ਲਿਜਾਣਾ ਛੋੜਨਾ ਗੁਰੂ ਦਰ ਤੱਕ, ਇਹ ਵੀ ਪੁੰਨ ਮਿਲਦਾ ਹੈ। ਕਹਿੰਦੇ ਨੇ ਬਾਹਰ ਛੋੜਿਆ ਆਉਂਦਾ ਅਤੇ ਵਾਪਸ ਉਸਨੂੰ ਲੈ ਜਾਂਦਾ, ਅੰਦਰ ਨਹੀਂ ਸੀ ਆਉਂਦਾ। ਉਸਨੇ ਵੀ ਕੁਝ ਨਹੀਂ ਕਿਹਾ, ਚਲੋ ਇਤਨਾ ਕਿ ਮੈਨੂੰ ਛੂਟ ਦੇ ਦਿੰਦੇ ਹਨ, ਆਉਂਦੇ ਜਾਂਦੇ ਹਨ। ਫਿਰ ਪਿਆਰਿਓ ਐਸਾ ਸਮਾਂ ਵੀ ਆਇਆ ਜਦ ਉਸਦਾ ਬੱਚਾ ਬਿਮਾਰ ਹੋਇਆ, ਕੁਝ ਦਿਨਾਂ ਬਾਅਦ ਹੀ ਉਸਨੂੰ ਬੁਖਾਰ ਚੜ੍ਹ ਜਾਏ, ਕੁਝ ਦਿਨਾਂ ਬਾਅਦ ਬੁਖਾਰ ਚੜ੍ਹ ਜਾਏ। ਡਾਕਟਰ ਸਮਝ ਨਹੀਂ ਆਵਣ ਬਈ ਦਵਾਈ ਦਿੰਦੇ ਹਾਂ ਉੱਤਰ ਜਾਂਦਾ, ਫਿਰ ਬੁਖਾਰ ਆ ਜਾਂਦਾ। ਆਖਿਰ ਇਸਨੇ ਬਹੁਤ ਇਲਾਜ ਕਰਵਾਇਆ ਕਰਵਾਇਆ ਪਰ ਕਹਿੰਦੇ ਹਨ ਕੁਛ ਵੀ ਨਾ ਬਣਿਆ। ਕਾਨਪੁਰ ਜਦੋਂ ਸਾਹਿਬ ਮਹਾਰਾਜ ਸਤਿਗੁਰ ਸੇਵਾ ਰਾਮ ਜੀ ਗਏ, ਬੱਚੀ ਉੱਧਰ ਵੀ ਗਈ, ਉੱਧਰ ਵੀ ਯਤਨ ਕੀਤਾ ਪਰ ਗੁਰਪੁਰਬ ਵਿੱਚ ਸਮਾਂ ਹੀ ਨਾ ਮਿਲਿਆ ਕਿ ਬਈ ਬੇਨਤੀ ਕਰ ਸਕੇ। ਉੱਥੇ ਵੀ ਬੱਚਾ ਬਿਮਾਰ ਹੋ ਗਿਆ, ਬੜੀ ਨਿਰਾਸ਼ਾ ਹੋਈ। ਫਿਰ ਸਤਿਗੁਰੂ ਜੀ ਖੁਰਜੇ ਸਾਹਿਬ ਆਏ, ਉੱਥੇ ਵੀ ਬੱਚੀ ਦਾ ਮੇਲ ਨਾ ਹੋ ਪਾਇਆ ਕਿ ਬਈ ਬੇਨਤੀ ਕਰੇ। ਪਰ ਉਹ ਜਿਹੜੀ ਬੇਨਤੀ ਅਰਦਾਸ ਸੀ ਉਹ ਸਤਿਗੁਰ ਸੇਵਾ ਰਾਮ ਜੀ ਤੱਕ ਪਹੁੰਚ ਗਈ। ਸਾਖੀ ਤੇ ਆਪ ਜੀ ਜਦੋਂ ਇਤਿਹਾਸ ਆਏਗਾ ਪੂਰੀ ਸੰਪੂਰਨ ਤੋਂ ਤੇ ਆਪ ਜੀ ਸਰਵਣ ਕਰੋਗੇ। ਸੰਖੇਪ ਵਿੱਚ ਹੀ ਦੱਸਾਂ ਕਿ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਚਲੇ ਗਏ, ਬੱਚੀ ਬੜੀ ਨਿਰਾਸ਼ ਹੋਈ ਕਿ ਬਈ ਮੈਂ ਸਾਹਿਬ ਜੀ ਨੂੰ ਕਹਿੰਦੀ ਘਰ ਵਾਲਾ ਵੀ ਨਾਲ, ਉਸਦਾ ਭਾਵੇਂ ਭਰੋਸਾ ਨਹੀਂ ਸੀ, ਨਾਲ ਹੀ ਸਿਰਫ ਆਉਂਦਾ ਸੀ। ਉਹ ਵੀ ਪਰੇਸ਼ਾਨ ਸੀ ਕਿਸ ਤਰ੍ਹਾਂ ਮੇਰਾ ਬੱਚਾ ਠੀਕ ਹੋ ਜਾਏ, ਬਈ ਸਤਿਗੁਰਾਂ ਨੇ ਦਾਤ ਦਿੱਤੀ ਹੈ। ਆਖਿਰ ਸਾਹਿਬ ਮਹਾਰਾਜ ਜੀ ਵਾਪਸ ਆ ਗਏ। ਬੱਚੀ ਜਦੋਂ ਰਾਤ ਨੂੰ ਸੁੱਤੀ ਤੇ ਕੀ ਵੇਖਦੀ ਹੈ, ਸਤਿਗੁਰ ਸੇਵਾ ਰਾਮ ਸੱਚੇ ਪਾਤਸ਼ਾਹ ਜੀ ਹਾਪੁੜ ਗੁਰਪੁਰਬ ਹੈ ਉੱਥੇ ਆਏ ਹਨ, ਤੇ ਨਾਲ ਇਸਨੇ ਵੀ ਮੱਥਾ ਟੇਕਿਆ ਤੇ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਬੱਚੀ ਉਸਨੂੰ ਸਾਡੇ ਕੋਲ ਭੇਜ ਦਿਓ। ਜਿੱਥੇ ਬਾਹਰ ਕਮਰਾ ਹੈ ਉੱਥੇ ਬੱਚੀ ਨੂੰ ਬੁਲਾਇਆ, ਕਹਿਣ ਲੱਗੇ ਦੱਸ ਤੂੰ ਕੀ ਕਹਿਣਾ ਚਾਹੁੰਦੀ ਸੀ। ਹੁਣ ਵੇਖੋ ਉਸਨੇ ਕੁਝ ਬੇਨਤੀ, ਸਮਾਂ ਨਹੀਂ ਮਿਲ ਪਾਇਆ, ਪਰ ਮੇਰੇ ਸੱਚੇ ਪਾਤਸ਼ਾਹ ਜੀ ਸਭ ਕੁਝ ਜਾਣਦੇ ਸਨ। ਕਹਿਣ ਲੱਗੇ ਦੱਸ ਤੂੰ ਕੀ ਕਹਿਣਾ ਚਾਹੁੰਦੀ। ਕਹਿੰਦੀ ਸੱਚੇ ਪਾਤਸ਼ਾਹ ਮੈਂ ਕਾਨਪੁਰ ਵੀ ਕਹਿਣਾ ਚਾਹਿਆ, ਇੱਥੇ ਵੀ ਬੇਨਤੀ, ਬਹੁਤ ਦਿਨਾਂ ਤੋਂ ਸੋਚ ਰਹੀ ਹਾਂ, ਬੱਚਾ ਬਿਮਾਰ ਰਹਿੰਦਾ, ਇਸਦਾ ਬੁਖਾਰ ਨਹੀਂ ਉਤਰਦਾ, ਬਹੁਤ ਇਲਾਜ ਕਰਾਏ ਹਨ, ਕਿਰਪਾ ਕਰੋ। ਤੇ ਸਤਿਗੁਰ ਸੇਵਾ ਰਾਮ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਇਸ ਤਰ੍ਹਾਂ ਕਰ ਬੱਚੀਏ, ਇਹ ਘੁੰਗੜੀਆਂ ਦਾ ਪ੍ਰਸ਼ਾਦ ਜਿਹੜਾ ਹੈ ਤੂੰ ਬਣਾ ਕੇ ਤੇ ਬਾਬੇ ਡੇਰੇ ਸਾਹਿਬ ਲੈ ਜਾਇਆ ਕਰ, ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ। ਉਹ ਸੁਪਨ ਦਰਸ਼ਨ, ਉਹ ਵਚਨ, ਕਿਉਂਕਿ ਸਤਿਗੁਰੂ ਜੀ ਤੇ ਜਾਣਦੇ ਸਨ, ਤੇ ਕਹਿੰਦੇ ਨੇ ਬੱਚੀ ਨੇ ਮੱਥਾ ਟੇਕਿਆ ਤੇ ਇੱਕਦਮ ਉਸਦੀ ਅੱਖ ਖੁੱਲ੍ਹ ਗਈ, ਸਮਝ ਗਈ, ਮਨ ਨੂੰ ਬੜੀ ਤਸੱਲੀ ਮਿਲੀ।
ਕਹਿੰਦੇ ਨੇ ਫਿਰ ਜਾ ਕੇ ਉਸਨੇ ਪ੍ਰਸ਼ਾਦ ਕੀਤਾ ਕੁਝ ਦਿਨ, ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਸ਼ੁੱਕਰਵਾਰ ਦਾ ਦਿਨ ਦੱਸਿਆ, ਕਹਿਣ ਲੱਗੇ ਨਾਲ ਲੈ ਜਾਇਆ ਕਰ, ਉੱਥੇ ਹਾਜ਼ਰੀ ਭਰਿਆ ਕਰ, ਵਰਨੀ ਸਾਹਿਬ ਵਿੱਚ ਇਹ ਪ੍ਰਸ਼ਾਦ ਕਰਿਆ ਕਰ। ਐਸੀ ਕਿਰਪਾ ਅੰਮ੍ਰਿਤ ਵਚਨ ਸਤਿਗੁਰੂ ਜੀ ਦੇ ਹੋਏ, ਉਹ ਬੱਚਾ ਨਵਾਂ ਨਰੋਇਆ ਹੋ ਗਿਆ, ਜਿਹੜੇ ਡਾਕਟਰਾਂ ਤੋਂ ਠੀਕ ਨਾ ਹੋ ਸਕਿਆ ਮਹੀਨਿਆਂ ਤੋਂ, ਅਤੇ ਸਤਿਗੁਰ ਦੇ ਅੰਮ੍ਰਿਤ ਵਚਨਾਂ ਨਾਲ ਇੱਕ ਬੱਚੀ ਨੂੰ ਸ਼ੁੱਕਰਵਾਰ ਨਾਲ ਜੋੜਿਆ। ਨਾਲ ਉਸਦੇ ਘਰ ਵਾਲੇ ਦਾ ਵੀ ਭਰੋਸਾ ਬਣ ਗਿਆ ਕਿ ਮੇਰੀ ਘਰਵਾਲੀ ਜਿੱਧਰ ਜੁੜੀ ਹੈ ਇਹ ਪੂਰਾ ਸਤਿਗੁਰ ਹੈ। ਅੱਜ ਪਿਆਰੇ ਉਹ ਇਤਨੀ ਕਿਰਪਾ ਉਸ ਪਰਿਵਾਰ 'ਤੇ ਹੈ, ਦੋਵੇਂ ਮੀਆਂ ਬੀਵੀ। ਉਹ ਇਨਸਾਨ ਜਿਹੜਾ ਬਾਬੇਡੇਰੇ ਆਉਂਦਾ ਨਹੀਂ ਸੀ, ਬਾਹਰ ਘਰਵਾਲੀ ਨੂੰ ਛੋੜ ਦਿੰਦਾ ਸੀ, ਅੱਜ ਦੋਵੇਂ ਮੀਆਂ ਬੀਬੀ ਅੰਮ੍ਰਿਤ ਵੇਲਾ ਸੰਭਾਲ ਰਹੇ ਹਨ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈ ਰਹੇ ਹਨ। ਅਤੇ ਇਹ ਵਚਨ ਜਦੋਂ ਕੀਤੇ ਨੇ ਬਾਬਾ ਮਹਿਬੂਬ ਰਾਏ ਜੀ ਨੇ ਕਿ ਤੂੰ ਮੇਰੀ ਅਰਧਾਂਗਨੀ ਹੈ, ਤੂੰ ਵੀ ਜਾ ਕੇ ਸਤਿਗੁਰਾਂ ਕੋਲ ਨਾਮ ਕਣੀ ਲੈ, ਕਿਉਂ ਅਸੀਂ ਨਾਰੇ ਰਲ ਮਿਲ ਕੇ ਜਪਾਂਗੇ ਅਤੇ ਹੋਰ ਸਵਾਦ ਆ ਜਾਏਗਾ। ਹੁਣ ਜਿਹਨਾਂ ਘਰਾਂ ਵਿੱਚ ਦੋਵੇਂ ਮੀਆਂ ਬੀਬੀ ਬੱਚੇ ਨਾਮ ਜਪਦੇ ਹਨ ਅਤੇ ਪਿਆਰੇ, ਉਹਨਾਂ ਘਰਾਂ ਦਾ ਸਵਾਦ ਹੀ ਅਲੱਗ ਹੈ, ਉਹਨਾਂ ਕਾਰਾਂ ਦਾ ਵਾਈਬ੍ਰੇਸ਼ਨ ਹੀ ਅਲੱਗ ਹੈ, ਚਲਤ ਰਹਿਤ ਬਹਿਤ ਸਭ ਅਲੱਗ ਹੈ, ਕਿਉਂਕਿ ਉੱਥੇ ਸਤਿਗੁਰਾਂ ਦਾ ਉਹ ਰਤਨ ਨਾਮ ਵਸ ਗਿਆ ਹੈ ਅੰਦਰ। ਅਵਰ ਕਰਮ ਲੋਕੇ ਪਤਿਆਰ, ਸੱਚੇ ਪਾਤਸ਼ਾਹ ਜੀ ਕਹਿੰਦੇ ਨਾ, ਨਾਨਕ ਉਧਰੇ ਨਾਮ ਪੁਨੇ ਚਾਰ, ਜਿਨ੍ਹਾਂ ਨੇ ਫਿਰ ਇਹ ਨਾਮ ਸੰਭਾਲਿਆ। ਫਿਰ ਬਾਬਾ ਮਹਿਬੂਬ ਰਾਏ ਦੀ ਘਰਵਾਲੀ ਨੇ ਵੀ ਨਾਮ ਲਿੱਤਾ, ਸਤਿਗੁਰਾਂ ਨੇ ਉਸਨੂੰ ਵੀ ਇਹੀ ਸਮਝਾਇਆ ਕਿ ਬਈ ਹੁਣ ਆਪਣਾ ਕੰਮ ਆਪ ਕਰਨਾ ਹੈ, ਦਸਾਂ ਨੂੰਹਾਂ ਦੀ ਕਿਰਤ ਕਰਨੀ ਹੈ ਜੀ ਸੱਚੇ ਪਾਤਸ਼ਾਹ ਜੀ। ਅਤੇ ਫਿਰ ਜਿਹੜੀ ਸੇਵਾ ਕਰਨੇ ਆਉਂਦੀ ਸੀ ਉਹ ਕਹਿੰਦੀ ਸੀ, ਤੁਸੀਂ ਅਰੋੜੇ ਡਾਰਿਆਂ ਨੂੰ ਗੁਰੂ ਬਣਾ ਲਿੱਤਾ, ਅਸੀਂ ਤੁਹਾਡੇ ਅੱਗੇ ਮੱਥਾ ਨਹੀਂ ਟੇਕਾਂਗੇ। ਅਤੇ ਬਾਬਾ ਮਹਿਬੂਬ ਰਾਏ ਜੀ ਕਹਿਣ ਲੱਗੇ, ਅਸੀਂ ਤੇਰਾ ਅਹਿਸਾਨ ਮੰਦ ਸੀ, ਤੂੰ ਨਾ ਟੇਕਿਆ ਕਰ। ਮੈਂ ਤਾਂ ਕਹਿੰਦਾ ਉਹ ਅਭਾਗੇ ਹਨ ਜਿਹੜੇ ਪੂਰੇ ਸਤਿਗੁਰ ਦੇ ਦਰ 'ਤੇ ਨਹੀਂ ਪਹੁੰਚਦੇ, ਬਲਕਿ ਉੱਤੇ ਤਰਕਾਂ ਕਰਦੇ ਹਨ, ਮੈਂ ਉਹਨਾਂ ਦੇ ਮੂੰਹ ਵੀ ਨਾ ਲੱਗਾਂ, ਤੇਰਾ ਬੜਾ ਅਹਿਸਾਨ ਹੋਏਗਾ, ਪਰ ਤੂੰ ਸਾਡੇ ਸਤਿਗੁਰਾਂ ਦੇ ਬਾਰੇ ਕੁਝ ਨਾ ਕਹੇ। ਬਾਬਾ ਮਹਿਬੂਬ ਰਾਏ ਦੀ ਘਰਵਾਲੀ ਨੇ ਵੀ ਨਾਮ ਲਿੱਤਾ, ਉਹਨਾਂ ਨੇ ਵੀ ਨਾਮ ਲਿੱਤਾ ਅਤੇ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕੀਤੀਆਂ। ਨਾਮ ਉਹੀ ਹੈ, ਸਤਿਗੁਰ ਵੀ ਉਹੀ ਹੈ ਪਿਆਰਿਓ, ਪਰ ਕਿੱਥੇ ਫਰਕ ਆਇਆ ਹੈ ਅਤੇ ਸਾਡੇ 'ਚ ਆਇਆ। ਅਸੀਂ ਕਹਿੰਦੇ ਹਾਂ ਸਤਿਗੁਰਾਂ ਨੇ ਸਾਨੂੰ ਦਿੱਤਾ ਹੀ ਕੀ ਹੈ, ਸਤਿਗੁਰਾਂ ਨੇ ਤਾਂ ਉਹ ਚੀਜ਼ ਆਪਣੇ ਖਜ਼ਾਨੇ 'ਚੋਂ ਦੇ ਦਿੱਤੀ ਹੈ, ਅਗਰ ਅਸੀਂ ਉਸਦੀ ਬਸ ਸਿਰਫ ਅਹਿਮੀਅਤ ਸਮਝ ਜਾਈਏ ਕਿ ਸਤਿਗੁਰਾਂ ਨੇ ਜਿਹੜਾ ਨਾਮ ਅਮੂਲਕ ਰਤਨ ਦਿੱਤਾ ਹੈ ਨਾ, ਇਹ ਪਿਆਰੇ ਕੋਈ ਛੋਟੀ ਚੀਜ਼ ਨਹੀਂ, ਇਹ ਆਪਣੇ ਕੋਲੋਂ ਦਿੱਤਾ ਹੈ ਅਤੇ ਸਾਡੀ ਜ਼ਿੰਮੇਵਾਰੀ ਲਿੱਤੀ ਹੈ, ਬਸ ਲੋੜ ਹੈ। ਅਸੀਂ ਕਹਿੰਦੇ ਨਾ ਜਿਹੜਾ ਦਿਲੋਂ ਟੈ ਪਵੇ, ਅਤੇ ਟੱਠੇ ਹੋਏ ਦਿਲਾਂ ਵਿੱਚ ਹੀ ਸਤਿਗੁਰੂ ਵਸਦਾ ਹੈ। ਇਹ ਨਾਮ ਅਸੀਂ ਜਪੀਏ, ਹੁਣ ਪੁੰਨਾਂ ਦੇ ਦਿਨ ਆ ਗਏ ਹਨ, ਰਹਿਮਤਾਂ ਅਤੇ ਕਮਾਈਆਂ ਦੇ ਦਿਨ ਆ ਗਏ ਹਨ। ਇਹ ਗੁਰਪੁਰਬ ਨਾਲ ਪਹਿਲੀ ਤਰੀਕ ਦਾ, ਫਿਰ 8 ਤਰੀਕ ਦਾ, ਇਹ 25 ਤਰੀਕ ਕਾਨਪੁਰ ਸਾਹਿਬ ਜੀ ਦਾ, ਫਿਰ ਹਾਪੁੜ ਸਾਹਿਬ, ਇਹ ਸਭ ਗੁਰੂ ਮਹਾਰਾਜ ਕਿਰਪਾ ਕਰੇ, ਇੱਕ ਇੱਕ ਸਮੇਂ ਪਲ ਨੂੰ ਅਸੀਂ ਸੰਭਾਲੀਏ, ਕਿਉਂਕਿ ਸਾਹਿਬ ਜੀ ਕਹਿੰਦੇ ਨੇ ਆਓ ਪੜ੍ਹੀਏ ਅਤੇ ਸਮਾਪਤੀ। ਧੰਨ ਵੱਡ ਪਾਕੀ ਵੱਡ ਪਾਕਿਆ, ਜੋ ਆਏ ਮਿਲੇ ਦੂਰ ਪਾਸ, ਪੜੋ ਸਾਰੇ। ਧੰਨ ਵੱਡ ਪਾਕੀ ਵੱਡ ਪਾਕਿਆ, ਜੋ ਆਏ ਮਿਲੇ ਗੁਰ ਪਾਸ। ਨਾਮ ਅਮੋਲਕ ਰਤਨ ਹੈ, ਨਾਮ ਅਮੋਲਕ ਪੂਰੇ ਸਤ ਗੁਰ ਪਾਸ, ਪੂਰੇ ਸਤ ਗੁਰ ਪਾਸ। ਸਤਿਗੁਰ ਸੇਵੇ ਲੱਗਿਆ, ਸਤਿਗੁਰ ਕੱਢ ਰਤਨ ਦੇਵੇ ਪਰਗਾਸ, ਕੱਢ ਰਤਨ ਦੇਵੇ ਪਰਗਾਸ। ਪੜੋ ਧੰਨ ਵੱਡ ਪਾਕੀ ਵੱਡ ਪਾਕਿਆ, ਜੋ ਆਏ ਮਿਲੇ ਗੁਰ ਪਾਸ।
तन वड पाकिया जो आए मिले गुर पास जो आए मिले गुर पास जो आए मिले गुर पास तन तन सतगुरु सेवा राम आप जी दी सदा जय तन तन साहेब संत माता जी आप जी नू गोड़